ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਤੁਹਾਡਾ ਆਪਣੇ ਚੈਨਲ ਲਵ ਫੋਰਐਵਰ ਵਿੱਚ। ਦੇਖੋ ਅੱਜ ਦੀ ਬ੍ਰੇਕਿੰਗ ਨਿਊਜ਼। ਦੋਸਤੋ, ਅੱਜ ਆਪਾਂ ਤੁਹਾਡੇ ਲਈ ਇੱਕ ਬਹੁਤ ਹੀ ਅਜੀਬ ਔਰ ਗਰੀਬ ਖਬਰ ਲੈ ਕੇ ਆਏ ਹਾਂ। ਤੁਸੀਂ ਦੋਸਤੋ ਦੇਖਿਆ ਹੀ ਹੋਵੇਗਾ ਕਿ ਜਾਤ ਪਾਤ ਦੇ ਹਿਸਾਬ ਨਾਲ, ਧਰਮ ਦੇ ਹਿਸਾਬ ਨਾਲ ਅਤੇ ਵੱਖ ਵੱਖ ਦੇਸ਼ਾਂ ਸ਼ਹਿਰਾਂ ਦੇ ਹਿਸਾਬ ਨਾਲ ਕਈ ਰੀਤੀ ਰਿਵਾਜ਼ ਹੁੰਦੇ ਨੇ, ਅਤੇ ਉਹ ਰੀਤੀ ਰਿਵਾਜ਼ ਕਈ ਤਾਂ ਬਹੁਤ ਹੀ ਹੈਰਾਨ ਕਰਨ ਵਾਲੇ ਹੁੰਦੇ ਹੈ, ਅਤੇ ਇਹੋ ਜਿਹੇ ਤਾਂ ਇੱਕ ਰੀਤੀ ਰਿਵਾਜ਼ ਆਪਾਂ ਦੱਸਣ ਜਾ ਰਹੇ ਹਾਂ। ਜੀ ਹਾਂ ਦੋਸਤੋ, ਇਸ ਪਿੰਡ 'ਚ ਵਿਆਹ ਤੋਂ ਬਾਅਦ 5 ਦਿਨ ਬਿਨਾਂ ਕੱਪੜਿਆਂ ਤੋਂ ਰਹਿੰਦੀ ਹੈ ਦੁਲਹਨ। ਤੁਹਾਨੂੰ ਲੈ ਚੱਲਦੇ ਹਾਂ ਪੂਰੀ ਖਬਰ ਵੱਲ। ਵਿਆਹ ਨੂੰ ਲੈ ਕੇ ਦੁਨੀਆ ਭਰ 'ਚ ਕਈ ਤਰ੍ਹਾਂ ਦੀਆਂ ਪਰੰਪਰਾਵਾਂ ਨਿਭਾਈਆਂ ਜਾਂਦੀਆਂ ਹਨ, ਪਰ ਭਾਰਤ ਦੇ ਇਸ ਪਿੰਡ 'ਚ ਅਜੀਬੋ ਗਰੀਬ ਰਿਵਾਜ਼ ਦੇ ਚੱਲਦਿਆਂ ਵਿਆਹ ਦੇ ਬਾਅਦ ਦੁਲਹਨ ਨੂੰ 5 ਦਿਨ ਤੱਕ ਬਿਨਾਂ ਕੱਪੜਿਆਂ ਦੇ ਰਹਿਣਾ ਪੈਂਦਾ ਹੈ। ਸਾਲਾਂ ਤੋਂ ਨਿਭਾਈ ਜਾਣ ਵਾਲੀ ਇਸ ਪਰੰਪਰਾ ਦੇ ਨਾਮ 'ਤੇ ਵਿਆਹ ਤੋਂ ਬਾਅਦ ਪਤਨੀ ਨੂੰ ਬਿਨਾਂ ਕੱਪੜਿਆਂ ਤੋਂ ਰਹਿਣਾ ਪੈਂਦਾ ਹੈ। ਹਿਮਾਚਲ ਦੇ ਇਸ ਪਿੰਡ 'ਚ ਨਿਭਾਈ ਜਾਣ ਵਾਲੀ ਪਰੰਪਰਾ ਦੇ ਰਹਿੰਦੇ ਪਤੀ ਪਤਨੀ ਆਪਸ 'ਚ ਹਸੀ ਮਜ਼ਾਕ ਤੱਕ ਨਹੀਂ ਕਰਦੇ। ਵਿਆਹ ਤੋਂ ਬਾਅਦ ਦੁਲਹਨ ਨੂੰ ਬਿਨਾਂ ਕੱਪੜਿਆਂ ਦੇ ਰੱਖਣ ਤੋਂ ਇਲਾਵਾ ਹੋਰ ਵੀ ਕਈ ਤਰ੍ਹਾਂ ਦੇ ਨਿਯਮਾਂ ਦਾ ਪਾਲਣ ਕਰਵਾਇਆ ਜਾਂਦਾ ਹੈ। ਇਹਨਾਂ ਦਿਨਾਂ 'ਚ ਔਰਤਾਂ ਸਿਰਫ ਉਨ ਨਾਲ ਬਣੇ ਕੱਪੜੇ ਹੀ ਪਹਿਨਦੀਆਂ ਹਨ। ਸਾਉਣ ਦੇ 5 ਦਿਨਾਂ ਵਿੱਚ ਵੀ ਪਤੀ ਪਤਨੀ ਨੂੰ ਇੱਕ ਦੂਜੇ ਤੋਂ ਦੂਰ ਰੱਖਿਆ ਜਾਂਦਾ ਹੈ। ਲੋਕਾਂ ਦਾ ਮੰਨਣਾ ਹੈ ਕਿ ਅਜਿਹਾ ਨਾ ਕਰਨ ਨਾਲ ਦੇਵਤਾ ਬੁਰਾ ਮਨਾ ਜਾਂਦਾ ਹੈ ਅਤੇ ਪਿੰਡ 'ਚ ਤਬਾਹੀ ਆਉਣ ਦਾ ਡਰ ਰਹਿੰਦਾ ਹੈ। ਸਦੀਆਂ ਤੋਂ ਚੱਲੀ ਆ ਰਹੀ ਇਸ ਦੀ ਪ੍ਰਥਾ ਨੂੰ ਲੋਕ ਡਰ ਅਤੇ ਆਸਥਾ ਦੀ ਵਜ੍ਹਾ ਨਾਲ ਮਨਾਉਂਦੇ ਹਨ। ਦੀ ਨਿਊਜ਼ ਇੰਨੀ ਹੀ, ਸਾਨੂੰ ਦਿਓ ਇਜਾਜ਼ਤ, ਧੰਨਵਾਦ ਜੀ। ਹਾਂਜੀ ਸੱਜਣੋ, ਜੇ ਤੁਸੀਂ ਸਾਡਾ ਇਹ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਬਟਨ 'ਤੇ ਕਲਿੱਕ ਕਰੋ ਅਤੇ ਉਸ ਤੋਂ ਬਾਅਦ ਬੈੱਲ ਆਈਕਨ 'ਤੇ ਕਲਿੱਕ ਕਰ ਦਿਓ ਤਾਂ ਜੋ ਤੁਹਾਨੂੰ ਨਵੀਆਂ ਅਤੇ ਤਾਜ਼ੀਆਂ ਵੀਡੀਓ ਸਭ ਤੋਂ ਪਹਿਲਾਂ ਮਿਲ